ਹਾਂਜੀ ਕਿਸਾਨ ਵੀਰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ, ਅਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਕਾਫੀ ਜ਼ਿਆਦਾ ਕਿਸਾਨ ਵੀਰ ਪੰਜਾਬ 'ਚ ਥੋੜ੍ਹਾ ਜਿਹਾ ਰੁਝਾਨ ਠੀਕ ਆ ਜੇ, ਹਰਿਆਣਾ ਦੇ ਵਿੱਚ ਵੀ ਵੱਡੇ ਪੱਧਰ ਦੇ ਕਿਸਾਨ ਵੀਰ ਜਿਹੜੇ ਹਾਈਬ੍ਰਿਡ ਕਿਸਮਾਂ ਵੱਲ ਜ਼ਿਆਦਾ ਝੁਕਾਅ ਦਿਖਾ ਰਹੇ ਆ, ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ। ਆਪਦੇ ਕੀਮਤੀ ਸੁਝਾਅ, ਆਪਦੇ ਵਿਚਾਰ ਥੱਲੇ ਕਮੈਂਟ ਦੇ ਰੂਪ 'ਚ ਜ਼ਰੂਰ ਦੱਸਿਓ। ਜੇ ਕੋਈ ਨਵੇਂ ਕਿਸਾਨ ਵੀ ਜੁੜੇ, ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਲਓ। ਜੇ ਫੇਸਬੁੱਕ ਪੇਜ 'ਤੇ ਦੇ ਰਹੇ ਤਾਂ ਪੇਜ ਫੋਲੋ ਕਰ ਸਕਦੇ, ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਅਤੇ ਤੁਹਾਡੇ ਸੁਝਾਅ ਵਿਚਾਰ ਤਜਰਬੇ ਵੀ ਜਿਹੜੇ ਮੇਰੇ ਤੱਕ ਪਹੁੰਚਦੇ ਰਹਿਣ। ਸੋ ਕਿਸਾਨ ਵੀਰੋ, ਜਿਹੜਾ ਹਾਈਬ੍ਰਿਡ ਕਿਸਮਾਂ ਨੇ, ਇਹਦੇ ਬਾਰੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ 22-23 ਕਿਸਮਾਂ ਜਿਹੜੀਆਂ ਹੈਗੀਆਂ ਉਹ ਮਹਿਕਮੇ ਵੱਲੋਂ ਉਹਨਾਂ ਨੂੰ ਮਾਨਤਾ ਦਿੱਤੀ ਗਈ ਹੈ। ਉਹਦੇ ਬਾਰੇ ਮੈਂ ਡਿਟੇਲ 'ਚ ਵੀਡੀਓ ਪਾਈ ਸੀ, ਤੁਸੀਂ ਚੈਨਲ 'ਤੇ ਜਾ ਕੇ ਚੈੱਕ ਕਰ ਲਿਓ, 15-20 ਦਿਨ ਪਹਿਲਾਂ ਸ਼ਾਇਦ ਜਿਹੜੀ ਹੈਗੀ ਹੈ, ਮਹੀਨਾ ਪਹਿਲਾਂ ਹੋਵੇ, ਚੈੱਕ ਕਰ ਲਿਓ ਵੀਡੀਓਜ਼ ਦੇ ਵਿੱਚ 8-10 ਵੀਡੀਓ ਪਿੱਛੇ ਜਾ ਕੇ। ਤਾਂ ਉਹ ਮੈਂ ਕਿਸਮਾਂ ਤੁਹਾਨੂੰ ਦੱਸੀਆਂ ਸੀ ਜਿਹੜੀਆਂ ਪ੍ਰਮਾਣਿਤ ਕਿਸਮਾਂ ਨੇ ਜਿਹੜੀਆਂ ਆਪਾਂ ਹਾਈਬ੍ਰਿਡ ਜਿਹੜੇ ਹੈਗੇ ਬੀਜ ਸਕਦੇ, ਕਿਉਂਕਿ ਕਈ ਥਾਵਾਂ ਦੇ ਉੱਤੇ ਕਿਸਾਨ ਵੀਰਾਂ ਨੂੰ ਜਿਹੜਾ ਕੋਈ ਮਾੜੇ ਪਾਣੀ ਦਾ ਏਰੀਆ, ਤਾਂ ਉੱਥੇ ਜਿਹੜੀ ਹੈਗੀ ਆ ਮਜਬੂਰੀ ਕਈ ਥਾਵਾਂ 'ਤੇ ਹੈਗੀ ਆ ਕਿਸਾਨ ਵੀਰਾਂ ਦੀ, ਕਿਉਂਕਿ ਇਹਨਾਂ ਦਾ ਥੋੜ੍ਹਾ ਜਿਹਾ ਪੋਟੈਂਸ਼ੀਅਲ ਜਾਂ ਆਪਾਂ ਕਹਿ ਲਈਏ ਕਿ ਵਿਗਰ, ਮਤਲਬ ਝਾੜ ਦੇਣ ਦੀ ਸਮਰੱਥਾ ਜਿਹੜੀ ਹੈਗੀ ਮਾੜੇ ਪਾਣੀ ਵਗੈਰਾ ਦੇ ਵਿੱਚ ਠੀਕ ਹੁੰਦੀ, ਪਰ ਦੂਸਰੇ ਪਾਸੇ ਇਹਨਾਂ ਦੇ ਵਿੱਚ ਕੁਆਲਿਟੀ ਜਾਂ ਟੋਟਾ, ਜਿਹੜਾ ਟੋਟਾ ਜ਼ਿਆਦਾ ਬਣਦਾ, ਕੁਆਲਿਟੀ ਜਿਹੜੀ ਹੈਗੀ ਉਨੀ ਵਧੀਆ ਨਹੀਂ ਹੁੰਦੀ। ਇਸੇ ਕਰਕੇ ਕੁਝ ਕੁ ਕਿਸਮਾਂ ਚੁਣਵੀਆਂ ਜਿਹੜੀਆਂ ਦਿੱਤੀਆਂ ਗਈਆਂ ਕਿ ਇਹ ਤੁਸੀਂ ਜਿਹੜੇ ਹੈਗੇ ਬੀਜ ਸਕਦੇ ਹੋ। ਹੁਣ ਜਿੱਥੇ ਆਪਣੀਆਂ ਜਿਹੜੀਆਂ PAO ਵੱਲੋਂ ਦਿੱਤੀਆਂ ਗਈਆਂ PR ਕਿਸਮਾਂ ਨੇ ਜਾਂ ਬਾਸਮਤੀ ਦੀਆਂ ਕਿਸਮਾਂ ਨੇ, ਉਹ ਵਧੀਆ ਚੰਗਾ ਝਾੜ ਦਿੰਦੀਆਂ ਨੇ, ਕਿਸਾਨ ਵੀਰ ਦੂਸਰੇ ਨੂੰ ਦੇਖ ਕੇ ਉਹ ਵੀ ਉੱਧਰ ਕਿਸਮਾਂ ਵੱਲ ਝੁਕਾਅ ਕਰ ਰਹੇ ਹੈ, ਅਤੇ ਬੀਜ ਆ ਜਿਹੜਾ ਉਹ 300-400-500 ਰੁਪਏ ਕਿਲੋ ਤੱਕ, 600 ਰੁਪਏ ਕਿਲੋ ਤੱਕ ਕਿਸਾਨ ਵੀਰ ਲੈ ਕੇ ਬੀਜ ਰਹੇ ਆ। ਜਿਹੜੀ ਇੱਕ ਕਿਸਮ ਦਾ ਥੋੜ੍ਹਾ ਜਿਹਾ ਪਤਾ ਲੱਗਦਾ ਤਾਂ ਉਹ ਕਿਸਮ ਦੇ ਮਗਰ ਹੀ ਜਿਹੜੇ ਹੈਗੇ ਆ ਸਾਰੇ ਕਿਸਾਨ ਵੀਰ ਉਹ ਲਾਉਣ ਲੱਗ ਪੈਂਦੇ, ਚਾਹੇ ਆਪਣੇ ਏਰੀਏ 'ਚ ਉਹ ਜਿਹੜੀ ਬੈਨੀਫਿਟ ਹੋਵੇ ਉਹਦਾ ਜਾਂ ਨਾ ਹੋਵੇ। ਜਿਹੜੀਆਂ ਗੈਰ ਪ੍ਰਮਾਣਿਤ ਕਿਸਮਾਂ ਨੇ ਉਹਨਾਂ ਦੀ ਆਪਾਂ ਨੂੰ ਵਿਕਣ ਦੇ ਵਿੱਚ ਵੀ ਸਮੱਸਿਆ ਆ ਸਕਦੀ, ਜੇ ਉਹਦੇ ਵਿੱਚ ਕੋਈ ਟੋਟਾ ਆਉਂਦਾ ਹੈ ਜਾਂ ਉਹਦੀ ਕੁਆਲਿਟੀ ਸਹੀ ਨਹੀਂ ਬਣਦੀ ਜਾਂ ਉਹਦੀ ਜਿਹੜੀ ਹੈਗੀ ਹੈ ਰਿਕਵਰੀ ਉਨੀ, ਚੌਲ ਦੀ ਰਿਕਵਰੀ ਨਹੀਂ ਉਨੀ ਪ੍ਰੋਪਰ ਹੁੰਦੀ, ਤਾਂ ਜਿਹੜੀਆਂ ਪ੍ਰਮਾਣਿਤ ਕਿਸਮਾਂ ਤੁਸੀਂ ਬੀਜ ਸਕਦੇ, ਜਿੱਥੇ ਨਹੀਂ ਸਰਦਾ ਉੱਥੇ ਲਾ ਸਕਦੇ। ਤੁਸੀਂ ਦੇਖੋ ਹਾਈਬ੍ਰਿਡ ਦਾ ਨਾ, ਜਿਹੜੀਆਂ ਆਪਣੀਆਂ ਕਿਸਮਾਂ ਨੇ PR ਕਿਸਮਾਂ ਨੇ, ਆਪਾਂ ਨੂੰ ਰੇਟ ਵੀ ਘੱਟ 'ਤੇ ਮਿਲਦੀਆਂ ਨੇ, ਝਾੜ ਵੀ ਬਹੁਤ ਚੰਗਾ ਹੈ, ਆਪਾਂ ਇਹਦਾ ਬੀਜ ਕਈ ਕਈ ਸਾਲ ਜਿਹੜਾ ਹੈਗਾ ਆਪਦਾ ਬੀਜ ਬਣਾ ਕੇ ਵਰਤ ਸਕਦੇ ਹਾਂ। ਹਾਈਬ੍ਰਿਡ ਦੇ ਵਿੱਚ ਫਿਰ ਜਾ ਕੇ ਆਪਾਂ ਨੂੰ ਜਿਹਦਾ ਹਾਈਬ੍ਰਿਡ ਹੈਗਾ ਉਹ, ਮਤਲਬ ਪ੍ਰੋਡਿਊਸਰ ਦਾ ਜਿਹੜੇ ਦਾ ਜਿਹਨੇ ਉਹ ਪੈਦਾ ਕੀਤਾ, ਤਾਂ ਉਹ 'ਤੇ ਨਿਰਭਰ ਹੋਣਾ ਪੈਂਦਾ। ਤਾਂ ਹੌਲੀ ਹੌਲੀ ਜਿਹੜਾ ਹੈਗਾ ਬੀਜ, ਇਹ ਨਾ ਹੋਵੇ ਕਿ ਬੀਜ ਜਿਹੜੇ ਆਮ ਵਰਾਇਟੀਆਂ ਵਾਲਾ ਆਪਾਂ ਝੁਕਾ ਘਟਾਉਣੇ ਆ, ਹਾਈਬ੍ਰਿਡ ਵੱਲ ਵਧਾਉਣੇ, ਤਾਂ ਹਾਈਬ੍ਰਿਡ ਕਿਸਮਾਂ ਦੇ ਫਿਰ ਆਪਾਂ ਨੂੰ ਰੇਟ ਵੀ ਉੱਚੇ ਮਿਲਣਗੇ, ਆਪਾਂ ਬੀਜ ਵੀ ਨਹੀਂ ਰੱਖ ਸਕਦੇ, ਕਿਉਂਕਿ ਜੇ ਅਗਲੇ ਸਾਲ ਇਹਦਾ ਬੀਜ ਰੱਖਦੇ ਆ ਤਾਂ ਉਹਦਾ ਪੋਟੈਂਸ਼ੀਅਲ ਨਹੀਂ ਰਹਿੰਦਾ, ਉਹਦਾ ਵਿਗਰ ਨਹੀਂ ਰਹਿੰਦਾ, ਉਹ ਤੋਂ ਆਪਾਂ ਨੂੰ ਝਾੜ ਨਹੀਂ ਪ੍ਰੋਪਰ ਮਿਲਦਾ ਹੈਗਾ, ਝਾੜ ਦੇਣ ਦੀ ਸਮਰੱਥਾ ਨਹੀਂ ਉਹਦੀ ਹੁੰਦੀ, ਤਾਂ ਨਵਾਂ ਬੀਜ ਹੀ ਲੈ ਕੇ ਆਪਾਂ ਨੂੰ ਬੀਜਣਾ ਪੈਂਦਾ। ਇਹ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਸ਼ੇਅਰ ਕਰਨ ਦੀ ਜ਼ਰੂਰ ਖੇਚਲ ਕਰਿਆ ਜੇ। ਜਿਵੇਂ ਹੁਣ ਝੋਨੇ ਦੇ ਵਿੱਚ ਰੁਝਾਨ ਹੈ, ਆਉਣ ਵਾਲੇ ਸਮੇਂ 'ਚ ਹੋ ਸਕਦਾ ਕਣਕ ਦੇ ਵਿੱਚ ਵੀ ਜਿਹੜਾ ਮਲਟੀਨੈਸ਼ਨਲ ਕੰਪਨੀਆਂ ਨੇ ਉਹ ਹਾਈਬ੍ਰਿਡ 'ਤੇ ਕੰਮ ਕਰਨ, ਉਹ ਹਾਈਬ੍ਰਿਡ ਕਿਸਮਾਂ ਆਪਾਂ ਨੂੰ ਦੇਣ ਜਿਹੜੀਆਂ ਆਪਣੀਆਂ ਕਿਸਮਾਂ ਨੇ, ਕਿਉਂਕਿ ਇਹਨਾਂ ਦੀ ਕੁਆਲਿਟੀ ਵੀ ਵਧੀਆ ਹੁੰਦੀ। ਜਿਹੜੀਆਂ ਕਿਸਮਾਂ ਦੇਸੀ ਕਿਸਮਾਂ ਲਾ ਲਈਏ, ਉਦੋਂ ਬਾਅਦ ਹਾਈ ਯੀਲਡਿੰਗ ਵਰਾਇਟੀਆਂ ਆਈਆਂ, ਤਾਂ ਇਹਨਾਂ ਦੀ ਕੁਆਲਿਟੀ ਆ ਜਿਹੜੀ ਉਹ ਹਾਈਬ੍ਰਿਡ ਤੋਂ ਚੰਗੀ ਹੁੰਦੀ ਹੈ, ਖਾਣ ਦੇ ਵਿੱਚ ਕਹਿ ਲਈਏ, ਰਿਕਵਰੀ ਦੇ ਵਿੱਚ ਕਹਿ ਲਈਏ। ਤਾਂ ਹਾਈਬ੍ਰਿਡ ਦੇ ਵਿੱਚ ਆਪਾਂ ਨੂੰ ਝਾੜ ਮਿਲਦਾ, ਕੁਆਲਿਟੀ ਨਹੀਂ ਮਿਲਦੀ,
ਪਰ ਜਿੱਥੇ ਮਜਬੂਰੀ ਆ ਉੱਥੇ ਤੁਸੀਂ ਉੱਥੇ ਕਿਉਂਕਿ ਲਾਉਣਾ ਹੀ ਪੈਣਾ, ਜਿੱਥੇ ਮਜਬੂਰੀ ਬਣ ਗਈ ਆਪਾਂ ਨੂੰ ਉੱਥੇ ਲੈਣਾ ਲਾਉਣਾ ਪੈਣਾ। ਪਰ ਜਿੱਥੇ ਆਪਣਾ ਦੂਸਰੀਆਂ ਕਿਸਮਾਂ ਨੇ ਜਿਹੜੀਆਂ ਪੀ ਆਰ ਕਿਸਮਾਂ ਨੇ ਬਾਸਮਤੀ ਕਿਸਮਾਂ ਨੇ ਵਧੀਆ ਝਾੜ ਦਿੰਦੀਆਂ ਨੇ, ਉੱਥੇ ਆਪਾਂ ਹਾਈਬ੍ਰਿਡ ਜਿਹੜਾ ਹੈਗਾ ਨਾ ਬੀਜੀਏ ਨਾ ਲਾਈਏ। ਕਿਉਂਕਿ ਜੇ ਆਪਾਂ ਇੰਟਰਸਟ ਦਿਖਾਵਾਂਗੇ ਤਾਂ ਹੀ ਜਿਹੜਾ ਹੈਗਾ ਅੱਗੇ ਜਿਹੜਾ ਹੈਗਾ ਸੀਡ ਪ੍ਰੋਡਿਊਸਰ ਆ ਜਾਂ ਕੋਈ ਸੰਸਥਾਵਾਂ ਨੇ, ਚਾਹੇ ਉਹ ਆਈ ਸੀ ਆਰ ਹੈ, ਚਾਹੇ ਆਈ ਡਬਲਿਊ ਬੀ ਆਰ ਕਰਨਾਲਾ, ਚਾਹੇ ਪੀ ਏ ਯੂ ਲੁਧਿਆਣਾ, ਤਾਂ ਉਹ ਨਵੀਆਂ ਵਰਾਇਟੀਆਂ ਅੱਗੇ ਅੱਗੇ ਆਪਾਂ ਨੂੰ ਚੰਗੀਆਂ ਵਰਾਇਟੀਆਂ ਦੇਣ 'ਚ ਉਤਸ਼ਾਹਿਤ ਹੋਣਗੇ। ਜੇ ਆਪਾਂ ਉੱਧਰੋਂ ਰੁਝਾਨ ਘਟਾਵਾਂਗੇ, ਜਿਵੇਂ ਫਰਜ਼ ਕਰ ਲਓ ਮੱਕੀ ਦਾ ਕਿੰਨੀਆਂ ਵਧੀਆ ਕਿਸਮਾਂ ਪੀ ਐੱਮ ਐੱਚ 10 ਤੱਕ ਪੀ ਏ ਯੂ ਲੁਧਿਆਣਾ ਵੱਲੋਂ ਦਿੱਤੀਆਂ ਗਈਆਂ ਸੀ, ਪਰ ਕਿਸਾਨ ਵੀ ਸੀਗਾ ਕਿ ਉਹ ਪ੍ਰਾਈਵੇਟ ਕਿਸਮਾਂ ਲੈ ਕੇ ਲਾਉਣ ਲੱਗ ਪਏ ਅਤੇ ਹੁਣ ਬੀਜ ਦਾ ਰੇਟ ਤੁਸੀਂ ਦੇਖੋ ਕਿੱਥੋਂ ਤੱਕ ਗਿਆ। ਹਾਲਾਂਕਿ ਉਹਨਾਂ ਵਰਾਇਟੀਆਂ ਦਾ ਵੀ ਝਾੜ ਜਿਹੜਾ ਪੀ ਐੱਮ ਐੱਚ ਕਿਸਮਾਂ ਸੀਗੀਆਂ ਉਹਨਾਂ ਦਾ ਪੀ ਏ ਯੂ ਲੁਧਿਆਣਾ ਵੱਲੋਂ ਖਾਸ ਤੌਰ 'ਤੇ ਚਾਹੇ ਉਹਨਾਂ ਨੇ ਜਿਹੜਾ ਹੈਗਾ ਹਾਈਬ੍ਰਿਡ ਕਿਸਮ ਜਾਂ ਬੀ ਟੀ ਦੇ ਵਿੱਚ ਵੀ ਇੱਕ ਦਿੱਤੀ ਸੀਗੀ, ਚਾਹੇ ਵੈਸੇ ਕਿਸਮਾਂ ਦਿੱਤੀਆਂ ਨੇ, ਪਰ ਜਿਹੜੀ ਸੰਸਥਾ ਕੋਈ ਪੈਦਾ ਕਰਦੀ ਆ ਸਰਕਾਰੀ ਸੰਸਥਾ ਆਪਾਂ ਕਹਿ ਲਈਏ ਤਾਂ ਉੱਧਰ ਆਪਾਂ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ, ਚਾਹੇ ਉਹ ਵਰਾਇਟੀ ਆ ਕੋਈ ਚਾਹੇ ਹਾਈਬ੍ਰਿਡ ਆ। ਅਤੇ ਜਿਹੜੇ ਪ੍ਰਾਈਵੇਟ ਤੌਰ 'ਤੇ ਕੋਸ਼ਿਸ਼ ਕਰਨਾ ਚਾਹੀਦਾ, ਠੀਕ ਆ, ਜਿਹੜੀ ਤੁਹਾਨੂੰ ਠੀਕ ਲੱਗਦੀ ਹੈ ਉਹ ਤਾਂ ਤੁਸੀਂ ਬੀਜਣੀ, ਉਹ ਤੁਹਾਡੀ ਮਰਜ਼ੀ ਆ, ਤੁਸੀਂ ਆਪਦੀ ਖੁਸ਼ੀ ਦੇ ਨਾਲ ਬੀਜ ਸਕਦੇ। ਮੇਰਾ ਇੱਕ ਸੁਝਾਅ ਸੀਗਾ, ਮੇਰੇ ਮਨ 'ਚ ਇੱਕ ਵਿਚਾਰ ਸੀਗਾ ਕਿ ਕਿਸਾਨ ਵੀਰਾਂ ਨਾਲ ਇਹ ਗੱਲ ਸਾਂਝੀ ਕੀਤੀ ਜਾਵੇ ਕਿ ਆਪਾਂ ਆਪਦੀਆਂ ਸੰਸਥਾਵਾਂ ਦੀਆਂ ਕਿਸਮਾਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ, ਕਿਉਂਕਿ ਆਪਾਂ ਨੂੰ ਏਰੀਏ ਦੇ ਵਿੱਚ ਆਪਣਾ ਪਤਾ ਲੱਗ ਜਾਂਦਾ, ਨਵੀਂ ਵਰਾਇਟੀ ਆਉਂਦੀ ਉਹਨੂੰ ਥੋੜ੍ਹੇ ਰਕਬੇ 'ਚ ਆਪਾਂ ਲਾ ਕੇ ਦੇਖੀਏ ਕਿ ਇਹ ਕਿਸ ਤਰ੍ਹਾਂ ਪਰਫੋਰਮ ਕਰਦੀ, ਤਾਂ ਅਗਲੀ ਵਾਰ ਆਪਾਂ ਉਹ ਕਿਸਮਾਂ ਜਿਹੜੀ ਉਹ ਲਾ ਸਕਦੇ। ਫਰਜ਼ ਕਰ ਲਓ ਜਿਹੜੀਆਂ ਹੁਣ ਪੀ ਆਰ ਕਿਸਮਾਂ ਨੇ ਜਿਹਦੇ ਵਿੱਚ 126 ਅਤੇ 131 ਪ੍ਰਤੀ ਅਧਿਕ ਕਿਸਾਨ ਵੀਰਾਂ 'ਚ ਬਹੁਤ ਉਤਸ਼ਾਹ, ਤਾਂ ਉਹਦੇ ਬਾਰੇ ਮੈਂ ਨੁਕਤੇ ਵੀ ਤੁਹਾਡੇ ਨਾਲ ਸਾਂਝੇ ਕਰ ਰਿਹਾ। ਪੀ ਆਰ 114 ਤੋਂ ਲੈ ਕੇ ਪੀ ਆਰ 113 ਤੋਂ ਲੈ ਕੇ ਪੀ ਆਰ 121 ਜਿਹੜੀ 22 ਹੈ ਜਾਂ 28, 29, 30 ਇਹ ਕਿਸਮਾਂ ਬਹੁਤ ਵਧੀਆ ਏਰੀਏ ਵਾਈਜ਼ ਕਿਸਾਨ ਵੀਰ ਜਿਹੜਾ ਹੈਗੇ ਇਹਨਾਂ ਕਿਸਮਾਂ ਤੋਂ ਕਿਸਾਨ ਵੀਰਾਂ ਨੇ ਫਾਇਦਾ ਬਹੁਤ ਲਿਆ ਵੀ। ਅਤੇ ਕੋਸ਼ਿਸ਼ ਕਰੀ ਦੀ ਆ ਕਿ ਆਪਾਂ ਇੱਕ ਆਪਾਂ ਮਹਿੰਗੇ ਭਾਅ ਦਾ ਬੀਜ ਲੈ ਕੇ ਲਾਉਂਦੇ ਹਾਂ, ਅਤੇ ਇੱਕ ਜਿਹੜਾ ਹੈਗਾ ਖਾਸ ਤੌਰ 'ਤੇ ਜਿਹੜਾ ਆਪਾਂ ਕਹਿ ਲਈਏ ਕਿ ਚੰਗ ਅਸਲ ਬੀਜ ਦੀ ਗਰੰਟੀ ਇਹ ਹੁੰਦੀ ਕਿ ਪੱਕਾ ਬਿੱਲ ਤੁਹਾਨੂੰ ਮਿਲੇ। ਜੇ ਪੱਕਾ ਬਿੱਲ ਤੁਹਾਨੂੰ ਨਹੀਂ ਮਿਲਦਾ ਤਾਂ ਉੱਥੇ ਗੁੰਜਾਇਸ਼ ਹੁੰਦੀ ਹੈ ਕਿ ਤੁਹਾਨੂੰ ਸਹੀ ਬੀਜ ਨਹੀਂ ਮਿਲ ਰਿਹਾ। ਪੱਕਾ ਬਿੱਲ ਜ਼ਰੂਰ ਲਓ, ਜਿਸ 'ਤੇ ਫਰਮ ਦਾ ਨਾਂ ਹੋਵੇ, ਸੀਡ ਲਾਇਸੈਂਸ ਨੰਬਰ ਹੋਵੇ, ਉੱਤੇ ਲੋਟ ਨੰਬਰ ਪਾਇਆ ਹੋਇਆ ਹੋਵੇ, ਵਰਾਇਟੀ ਕਿਹੜੀ ਆ, ਫਸਲ ਕਿਹੜੀ ਆ, ਥੱਲੇ ਆਪਦਾ ਫਰਮ ਆ ਜਿਹੜੀ ਤੁਹਾਨੂੰ ਮੋਹਰ ਲਾ ਕੇ ਦਿੰਦੀ ਆ। ਪੱਕਾ ਬਿੱਲ ਜ਼ਰੂਰ ਲਓ ਜਿਹੜਾ ਵੀ ਬੀਜ ਤੁਸੀਂ ਪ੍ਰਾਈਵੇਟ ਤੌਰ 'ਤੇ ਖਰੀਦਣਾ। ਵੱਧ ਤੋਂ ਵੱਧ ਜਾਣਕਾਰੀ ਸ਼ੇਅਰ ਕਰ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰ।